ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਵਜੰਡੂ ਵੈਲਕਮ ਟੂ ਮਾਈ ਚੈਨਲ ਆਈ ਹੋਪ ਸਾਰੇ ਜਣੇ ਠੀਕ ਹੋਊਗੇ ਮੈਂ ਵੀ ਐਨ ਘੈਂਟ ਆ ਤੇ ਹੁਣ ਆਪਣੇ ਵਲੌਗ ਕੰਟੀਨਿਊਸਲੀ ਆ ਰਹੇ ਆ ਮੈਂ ਵੀ ਵਧੀਆ ਫੀਲ ਕਰਦਾ ਆਪਣੇ ਵਿਊ ਵੀ ਵਧੀਆ ਆ ਰਹੇ ਆ ਤੇ ਰਿਸਪੋਂਸ ਵੀ ਤੁਹਾਡਾ ਘੈਂਟ ਆ ਲਾਈਕ ਦਾ ਬਟਨ ਦੱਬ ਦਿਓ ਅੱਜ ਦੇ ਲਾਈਕ ਦਾ ਏਮ ਰੱਖਦੇ ਹਾਂ 1000 ਲਾਈਕਸ ਪਿਛਲਾ 6 ਸਾਲ ਤੁਸੀਂ ਕਰਤਾ ਸੀ ਪੂਰਾ ਐਕਸੀਡ ਹੀ ਕਰ ਗਿਆ ਤੇ ਅੱਜ ਮੈਂ ਤੁਹਾਨੂੰ ਦਿਖਾਊਂਗਾ ਡਰੇਕ ਦਾ ਘਰ ਜੇ ਸਾਨੂੰ ਲੱਭ ਗਿਆ ਤਾਂ ਵੀ ਹਾਈ ਐਕਸਪੈਕਟੇਸ਼ਨਾਂ ਨਾ ਰੱਖਿਓ ਜੇ ਮੈਂ ਪਾਊਂਗਾ ਤਾਂ ਹੀ ਵਲੌਗ ਜੇ ਸਾਨੂੰ ਘਰ ਲੱਭਿਆ ਹੋਇਆ ਮਤਲਬ ਜੇ ਤੁਸੀਂ ਹੁਣ ਇਹ ਵਲੌਗ ਦੇਖਦੇ ਪਏ ਆ ਤਾਂ ਐਂਡ ਤੱਕ ਜ਼ਰੂਰ ਦੇਖਿਓ ਸਾਨੂੰ ਘਰ ਲੱਭ ਚੁੱਕਾ ਠੀਕ ਹੈ ਜੀ ਤੇ ਹੁਣ ਅਸੀਂ ਗੂਗਲ ਤੇ ਲੱਭਿਆ ਉਹਦਾ ਕਿੱਥੇ ਆ ਘਰ ਗੂਗਲ ਮੈਪਸ ਤੇ ਨਹੀਂ ਆਇਆ ਗੂਗਲ ਤੇ ਅਸੀਂ ਸਰਚ ਕੀਤਾ ਸਾਨੂੰ ਉਹਨੇ ਉਹਦੇ ਮੁਹੱਲੇ ਦਾ ਨਾਮ ਦੱਸਤਾ ਤੇ ਫਿਰ ਹੁਣ ਅਸੀਂ ਟਰਾਈ ਕਰਾਂਗੇ ਕਿ ਸਾਨੂੰ ਲੱਭ ਜਾਵੇ ਅਸੀਂ ਆਏ ਸੀਗੇ ਟੋਰਾਂਟੋ ਅਸੀਂ ਕਿਹਾ ਚੱਲ ਛੁੱਟੀ ਅੱਜ ਦਿਵਾਲੀ ਸੀਗੀ ਕੱਲ੍ਹ ਅੱਜ ਹੈਗਾ ਵਿਸ਼ਕਰਮਾ ਡੇ ਹੈਪੀ ਵਿਸ਼ਕਰਮਾ ਡੇ ਜੀ ਸਾਰਿਆਂ ਨੂੰ ਆ ਜਾਓ ਫਿਰ ਚੱਲੀਏ ਪੈਟਰੋਲ ਪਾਉਣ ਰੁਕੇ ਸੀਗੇ ਪਿਆਂਸ਼ੂ ਖੜਾ ਤੇ ਉੱਥੇ ਅੰਦਰ ਜਾ ਕੇ ਪੈਸੇ ਦੇ ਕੇ ਫਿਰ ਆਪਾਂ ਨੂੰ ਆਨ ਕਰਾਉਣਾ ਪੈਂਦਾ ਆ ਫਿਰ ਉਸ ਹਿਸਾਬ ਨਾਲ ਪਾ ਦਿੰਦੇ ਆ ਠੀਕ ਹੈ ਜੀ ਵਾਓ ਹੁਣ ਕਹਿ ਸਕਦੇ ਹਾਂ ਕਿ ਡਰੇਕ ਦਾ ਸ਼ਹਿਰ ਆ ਲਓ ਜੀ ਸਾਨੂੰ ਆਹ ਮਿਲਿਆ ਡਰੇਕ ਦਾ ਘਰ ਤਾਂ ਮਿਲਿਆ ਨਹੀਂ ਸੋਨੀ ਮਿਊਜ਼ਿਕ ਵਾਲਿਆਂ ਦੀ ਬਿਲਡਿੰਗ ਮਿਲੀ ਜੀ ਜ਼ਰੂਰ ਲਓ ਜੀ ਡਰੇਕ ਦੇ ਘਰ ਦੇ ਏਰੀਏ ਦੇ ਬਾਹਰ ਆ ਗਏ ਆ ਮਤਲਬ ਇਸ ਹੀ ਮਹੱਲੇ ਉਹ ਦੇਖੋ ਐਦਾਂ ਦੇ ਘਰ ਆ ਇਹੀ ਆ ਮੈਨੂੰ ਲੱਗਦਾ ਜੀ ਇੱਥੇ ਤੱਕ ਇਹੀ ਆ ਇਹੀ ਹੋਣਾ ਨਹੀਂ ਹਾਈ ਪੁਆਇੰਟ ਆ ਇਹ ਕੋਈ ਹੋਰ ਘਰ ਆ ਕਿਆ ਬਾਤ ਹੈ ਬਾਬੇ ਕਰ ਲੈਣਾ ਸੱਚੀ ਦਿਲ ਕਰਨਾ ਪੈਂਦਾ ਨਾ ਸਾਰੇ ਵਿਲਾ ਹੀ ਆ ਜੀ ਇੱਥੇ ਆਪ ਵੀ ਇੱਕ ਵਿਲਾ ਹੀ ਆ ਦੇਖੀ ਨਾ ਮੜਾ ਯਾਰ ਗੇਟ ਤੇ ਨਾ TR ਜਿਹਾ ਲਿਖਿਆ ਉਹਦੇ ਘਰ ਤੇ ਘਰ ਹੋਵੇ ਤਾਂ ਇਦਾਂ ਦਾ ਹੋਵੇ ਨਹੀਂ ਤਾਂ ਬੰਦਾ ਲਵੇ ਹੀ ਨਾ ਜ਼ਿੰਦਗੀ ਚ ਘਰ ਤੇ ਦੇਖ ਲਓ ਹੋਟਲ ਤੇ ਵੱਡੇ ਦੇ ਘਰ ਆ ਹਾਂਜੀ ਪਹੁੰਚ ਗਏ ਆ ਅਸੀਂ ਸਾਨੂੰ ਐਡਰੈਸ ਮਿਲ ਗਿਆ ਸੀਗਾ ਤੇ ਹੁਣ ਤੁਹਾਨੂੰ ਦਿਖਾਉਣੇ ਆ ਡਰੇਕ ਦਾ ਘਰ 500 ਮੀਟਰ 300 ਮੀਟਰ ਦੂਰ ਰਹਿ ਗਏ ਆ ਜਿੱਦਾਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਆਪਣਾ ਲਾਈਵ ਰਿਐਕਸ਼ਨ ਦਿਖਾਉਣਾ ਸਾਰਿਆਂ ਦਾ ਟੈਂਸ਼ਨ ਰੈਡੀ ਸਾਨੂੰ ਬੜੀ ਖੁਸ਼ੀ ਜੀ ਹੋ ਰਹੀ ਆ ਇੱਧਰ ਤੇਰੇ ਵਾਲੇ ਪਾਸੇ ਹੁਣ ਉੱਤੇ ਮੋਰੇ TR ਆ DR ਲਿਖਿਆ ਆ ਕੁਛ ਆਹੀ ਆ ਆਹ ਵਾਲਾ ਘਰ ਆ ਮੈਨੂੰ ਲੱਗਦਾ ਕੋਈ ਨੀ ਆਪਾਂ ਮੋਰੇ ਮੋੜ ਕੇ ਜਾ ਕੇ ਰੁਕ ਜਾਵਾਂਗੇ ਆਹੀ ਆ ਕਰਦਾ ਇਸ ਵਨ ਡਰੇਕਸ ਹਾਊਸ ਹਾਂ ਆ ਹਾਂ ਆਹੀ ਆ ਓ ਮੈਨ ਲਿਖਿਆ ਇੱਧਰ ਦੇਖਿਆ ਤੁਸੀਂ ਦੋਨਾਂ ਨੇ ਇੱਧਰਲੇ ਪਾਸੇ ਕਿੱਦਾਂ ਪਤਾ ਲੱਗਿਆ ਸਾਨੂੰ ਪਰੇ ਭੇਜਿਆ ਨੇ ਹੁਣੇ ਕਹਿੰਦਾ ਉਧਰੋਂ ਖੜ ਕੇ ਫੋਟੋਆਂ ਫੋਟੋਆਂ ਜਿਹੜੀਆਂ ਖਿੱਚਣੀਆਂ ਖਿੱਚ ਲਓ ਇਹਦੇ ਅੰਦਰ ਬੈਠੀ ਆ ਮਹਾਨ ਸ਼ਖਸੀਅਤ ਮਿਸਟਰ ਡਰੇਕ ਚੱਲ ਕੋਈ ਨੀ ਤੈਨੂੰ ਫਿਊਚਰ ਚ ਮਿਲਦੇ ਆ ਕਹਾਂਗੇ ਅਸੀਂ ਆਏ ਸੀ 2-4 ਸਾਲ ਪਹਿਲਾਂ ਤੈਨੂੰ ਮਿਲਣ ਚਲੋ ਜੀ ਕੋਈ ਆਇਆ ਸੀ ਯਾਦ ਦੇਖੋ ਅੰਦਰੋਂ ਕੋਈ ਆਇਆ ਡਰੇਕ ਹੀ ਹੋਣਾ ਮੈਨੂੰ ਤਰਾ ਦਾ ਕਹਿੰਦਾ ਹੁਣ ਸਾਰ ਜੀ ਆਏ ਆ ਬਾਹਰ ਆਜਾ ਤੈਨੂੰ ਉਡੀਕੀ ਜਾਂਦੇ ਆ ਲਓ ਜੀ ਇੱਕ ਤਾਂ ਤੁਸੀਂ ਡਰੇਕ ਦਾ ਹਾਊਸ ਦੇਖ ਲਿਆ ਹੁਣ ਤੁਹਾਨੂੰ ਮੈਂ ਇੱਕ ਹੋਰ ਵੱਡੇ ਸੈਲੀਬ੍ਰਿਟੀ ਦਾ ਘਰ ਦਿਖਾਉਣਾ ਪਹਿਲਾ ਵਲੌਗਰ ਆ ਮੈਂ ਜਿਹੜੇ 2 ਸੈਲੀਬ੍ਰਿਟੀਆਂ ਦਾ ਘਰ ਇੱਕ ਵੀਡੀਓ ਦਿਖਾਉਣ ਲੱਗਾ ਤੇ ਆਹ ਧਿਆਨ ਨਾਲ ਦੇਖਿਓ ਆਹ ਦੇਖੋ ਜੀ ਇਹ ਹੈਗਾ ਪਬ ਵਲੌਗਸ ਮੈਂਸ਼ਨ ਇਹਦੇ ਮੋਰੇ ਵੀ ਸਾਨੂੰ ਜਾਣ ਨਹੀਂ ਦਿੰਦੇ ਪਏ ਤਿੰਨ ਗੱਡੀਆਂ ਖੜੀਆਂ ਸੀ ਸਿਕਿਉਰਟੀ ਲਈ ਕਹਿੰਦੇ ਜੇ ਤੁਸੀਂ ਮਿਲਣਾ ਤਾਂ ਤੁਸੀਂ ਉਹਦੇ ਕੰਸਰਟ ਤੇ ਆ ਸਕਦੇ ਆ ਉਹਨੂੰ ਇੱਦਾਂ ਨਹੀਂ ਮਿਲ ਸਕਦੇ ਤੇ ਇਹਦੇ ਨਾਲ ਹੁਣ ਮੈਂ ਤੁਹਾਨੂੰ ਕੀ ਦੱਸਾਂ ਹੋਰ ਸੱਚੀ ਕਹਾਂ ਵੈਸੇ ਇੱਦਾਂ ਲੱਗਦਾ ਨਾ ਉਹਦੇ ਘਰ ਤੋਂ ਵਾਪਸ ਆ ਕੇ ਆਪਣਾ ਘਰ ਹੋਰੀ ਤਰ੍ਹਾਂ ਲੱਗਣ ਲੱਗ ਪਿਆ ਮੈਨੂੰ ਤਾਂ ਖੁੱਡਾ ਜਿਹਾ ਗੁੱਸਾ ਜਿਹੜਿਆ ਜਿੰਦਗੀ ਕੁਛ ਵੱਡਾ ਕਰਨ ਦਾ ਵੀ ਦਿਲ ਕਰੀ ਜਾਂਦਾ ਤੇ ਆਪਣੇ ਆਪ ਤੇ ਲਾਂਤਾਂ ਵੀ ਪੈ ਰਹੀਆਂ ਹੁਣ ਇਹ ਵਲੌਗ ਸੌਰੀ ਜੀ ਛੋਟਾ ਹੀ ਸੀਗਾ ਸਾਨੂੰ ਉੱਥੇ ਦੀ ਇੰਨੀ ਵੀਡੀਓ ਬਣਵਾਉਣ ਦੀ ਪਰਮਿਸ਼ਨ ਮਿਲੀ ਨਹੀਂ ਇਹਦੇ ਮਿਲ ਗਈ ਸੀਗੀ ਪਰ ਫਿਰ ਵੀ ਆਪਣਾ ਮਜ਼ਾ ਜਿਹਾ ਕੀਤਾ ਜੀ ਥੋੜ੍ਹਾ ਜਿਹਾ ਜਿੰਨੀ ਸਾਡੇ ਤੋਂ ਵੀਡੀਓ ਬਣਾ ਦਿੱਤੀ ਕਿਸੇ ਦਿਨ ਮੈਂ ਤੁਹਾਨੂੰ ਨਾ ਦਿਨ ਨੂੰ ਲੈ ਕੇ ਚੱਲੂੰਗਾ ਤੁਹਾਨੂੰ ਫਿਰ ਦੁਬਾਰਾ ਵਲੌਗ ਪਾਊਂਗਾ ਅਤੇ ਹਜੇ ਲਈ ਇਹੀ ਛੋਟਾ ਅਤੇ ਸਿੰਪਲ ਵਲੌਗ ਆਈ ਹੋਪ ਤੁਹਾਨੂੰ ਵਧੀਆ ਲੱਗਾ ਧੰਨਵਾਦ ਜੀ